ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ। ਸੋ ਢਾਡਾ ਵੀਰ ਅੱਜ ਭੰਡਾਰੀ ਕਾਰ ਬਾਜ਼ਾਰ ਤੋਂ ਜੀ ਢਾਡੇ ਲਈ ਲੈ ਕੇ ਆ ਗਿਆ ਜੀ ਮੇਰੇ ਵੀਰ ਭਰਾਵਾਂ ਲਈ i20 ਦਾ ਸਟਾਕ ਜੀ। ਆਪਣੇ ਕੋਲ ਘੱਟੋ ਘੱਟ 18-19 i20 ਖੜੀਆਂ ਜੀ। ਸੋ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਮਾਡਲ ਦੀਆਂ ਖੜੀਆਂ ਜੀ, ਪੈਟਰੋਲ 'ਚ ਖੜੀਆਂ, ਡੀਜ਼ਲ 'ਚ ਖੜੀਆਂ। ਸੋ ਵੀਡੀਓ 'ਤੇ ਕਮੈਂਟ ਕਰਕੇ ਦੱਸਿਓ ਕਿੱਥੋਂ ਕਿੱਥੋਂ ਵੀਡੀਓ ਤੁਸੀਂ ਸਾਡੀ ਦੇਖਦੇ ਹਾਂ, ਤੁਹਾਡਾ ਰਿਪਲਾਈ ਵੀ ਕਰਾਂਗੇ ਜੀ। ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਜੀ ਵੀਡੀਓ ਕਰਦੇ ਹਾਂ ਸਟਾਰਟ ਜੀ। ਲਓ ਜੀ ਆਪਣੇ ਕੋਲ ਆ ਗਈ i20 PB22 ਨੰਬਰ ਜੀ। ਸੋ ਇਹ ਆ ਗਈ ਹੈ ਜੀ ਪੈਟਰੋਲ ਵਿੱਚ, 19 ਮਾਡਲ ਹੈ ਜੀ i20 ਮੈਗਨਾ ਜੀ। 660 ਦਾ ਰੇਟ ਹੈ ਜੀ, 60,000 ਗੱਡੀ ਚੱਲੀ ਹੋਈ ਹੈ ਜੀ। ਸੋ ਬਾਕੀ ਤੁਹਾਨੂੰ ਗੱਡੀ ਦੀ ਕੰਡੀਸ਼ਨ ਵਿੱਚੋਂ ਦਿਖਾ ਦਿੰਦੇ ਹਾਂ ਜੀ। ਲਓ ਜੀ ਵਿੱਚੋਂ ਮਾਰੋ ਮੇਰੇ ਵੀਰ ਭਰਾ ਜਿਹੜੇ ਆਪਾਂ ਨੂੰ ਦੇਖ ਰਹੇ ਆ, ਨਿਗਾਹ ਮਾਰ ਲਓ ਜੀ। ਇਹ ਮੈਨੂਅਲ 'ਚ ਕਾਰ ਮਿਲ ਜੂਗੀ ਤੁਹਾਨੂੰ ਜੀ, ਬਿਲਕੁਲ ਓਕੇ ਰਿਪੋਰਟ ਕਾਰ ਆ ਜੀ, ਬਿਲਕੁਲ ਨੀਟ ਐਂਡ ਕਲੀਨ ਸਾਫ਼ ਕਾਰ ਆ ਜੀ। ਵਿੱਚੋਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ, ਅਤੇ ਬਾਕੀ ਜਿੰਨੀ ਚੱਲੀ ਹੋਈ ਆ ਉਹ ਤੁਹਾਡੇ ਸਾਹਮਣੇ ਆ, ਬਿਲਕੁਲ ਜੈਨੂਅਨ ਮੀਟਰ ਆ ਜੀ। ਗਰੰਟੀ ਦੇ ਦੇਵਾਂਗੇ ਗੱਡੀ ਦੀ ਲਿਖ ਕੇ, ਬਾਕੀ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹੋ ਜੀ, ਜੈਨੂਅਨ ਟਾਇਰ ਆ ਜੀ। ਸੋ ਇਹ ਸੀਗੀ ਆਪਣੇ ਕੋਲ i20 ਮੈਗਨਾ ਜੀ, 19 ਮਾਡਲ। ਸੋ ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਤੇ ਗੱਡੀ ਦੇ ਦੇਵਾਂਗੇ ਜੀ। ਹੁਣ ਚੱਲਦੇ ਹਾਂ ਅੱਗੇ ਜੀ। ਲਓ ਜੀ ਅੱਗੇ ਆਪਣੇ ਕੋਲ ਆ ਗਈ ਹੈ ਜੀ ਬਹੁਤ ਘੱਟ ਬਜਟ 'ਚ, ਇਹ ਆ ਗਿਆ ਜੀ i20 ਸਪੋਰਟਸ ਮਾਡਲ, 16 ਮਾਡਲ ਹੈ ਜੀ ਗੱਡੀ, PB07 ਹੁਸ਼ਿਆਰਪੁਰ ਦਾ ਨੰਬਰ ਲੱਗਾ ਹੋਇਆ ਜੀ। ਸੋ ਇਹ ਤੁਹਾਨੂੰ ਦੇ ਦਾਂਗੇ ਜੀ 520 'ਚ, 520 ਇਹਦਾ ਪ੍ਰਾਈਜ਼ ਲੱਗਾ, ਲੈਸ ਕਰਕੇ ਵਧੀਆ ਰੇਟ 'ਤੇ ਦੇ ਦਾਂਗੇ ਜੀ। ਅਤੇ ਇਹ ਵੈਸੇ ਚੱਲੀ 1,46,000 ਆ, ਹੈ ਫਾਸਟ ਓਨਰ ਆ ਜੀ ਕਾਰ। ਇਹਦੀ ਵੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਦੇ, ਵੀ ਪੈਟਰੋਲ 'ਚ ਆ ਜਾਂਦੀ ਹੈ ਜੀ, ਪੈਟਰੋਲ ਵੇਰੀਐਂਟ ਆ ਗਿਆ ਜੀ। ਸੋ ਬਾਕੀ ਗੱਡੀ ਦੀ ਵਿੱਚੋਂ ਤੁਸੀਂ ਕੰਡੀਸ਼ਨ ਦੇ ਸਕਦੇ ਹੋ ਜੀ, ਬਿਲਕੁਲ ਸਾਫ਼ ਕਾਰ ਆ ਜੀ, ਸੀਟਾਂ ਸਭ ਕੁਛ ਓਕੇ ਆ ਜੀ। ਮੈਨੂਅਲ 'ਚ ਕਾਰ ਤੁਹਾਨੂੰ ਇਹ ਵੀ ਮਿਲ ਜੂਗੀ ਜੀ। ਬਾਕੀ ਵਿੱਚੋਂ ਇੰਟੀਰੀਅਰ ਗੱਡੀ ਦਾ ਦੇਖ ਲਓ ਜੀ, ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਜੀ। ਬਾਕੀ ਬੈਕ ਤੋਂ ਵੀ ਤੁਹਾਨੂੰ ਸੀਟਾਂ ਦਿਖਾ ਦਿੰਦੇ ਹਾਂ ਜੀ। ਲਓ ਜੀ ਬੈਕ ਤੋਂ ਵੀ ਨਿਗਾਹ ਮਾਰ ਸਕਦੇ ਹੋ ਜੀ, ਬਿਲਕੁਲ ਸਾਫ਼ ਸੀਟਾਂ ਆ ਜੀ ਗੱਡੀ ਦੀਆਂ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹੋ ਜੀ, ਟਾਇਰ ਵੀ ਨਵੇਂ ਪਏ ਹੋਏ ਆ ਗੱਡੀ ਨੂੰ ਜੀ। ਸੋ ਹੁਣ ਚੱਲਦੇ ਹਾਂ ਅਗਲੀ i20 'ਤੇ ਜੀ। ਲਓ ਜੀ ਅੱਗੇ ਆਪਣੇ ਕੋਲ ਆ ਗਈ ਆ PB08 ਜਲੰਧਰ ਨੰਬਰ ਆ ਗਈ ਹੈ ਜੀ i20 ਆਪਣੇ ਕੋਲ। ਸੋ ਇਹ ਵੀ ਆ ਗਈ ਹੈ ਜੀ i20 ਸਪੋਰਟਸ 16 ਮਾਡਲ ਜੀ, 16 ਮਾਡਲ ਆ ਗਈ ਹੈ ਜੀ i20 ਸਪੋਰਟਸ। ਸੋ ਇਹ 27,000 ਗੱਡੀ ਚੱਲੀ ਹੈ ਜੀ, 6,00,000 ਦਾ ਰੇਟ ਹੈ ਜੀ, ਪੈਟਰੋਲ ਵੇਰੀਐਂਟ ਹੈ। ਇਹ ਵੀ ਤੁਹਾਨੂੰ ਵਧੀਆ ਰੇਟ 'ਤੇ ਲੈਸ ਕਰਕੇ ਗੱਡੀ ਦੇ ਦੇਵਾਂਗੇ ਆਪਾਂ। ਬਾਕੀ ਕੰਡੀਸ਼ਨ ਗੱਡੀ ਦੀ ਤੁਸੀਂ ਦੇਖ ਲਓ ਜੀ, ਚੈੱਕ ਕਰ ਸਕਦੇ ਹੋ ਵਿੱਚੋਂ ਮੇਰੇ ਵੀਰ ਭਰਾ, ਨਿਗਾਹ ਮਾਰ ਲਓ ਜੀ, ਬਿਲਕੁਲ ਸਾਫ਼ ਨੀਟ ਐਂਡ ਕਲੀਨ ਕਾਰ ਆ ਜੀ। ਇਹ ਵੀ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ ਜੀ। ਬਾਕੀ ਨਿਗਾਹ ਮਾਰ ਲਓ ਜੀ ਵਿੱਚ ਗੱਡੀ ਦੀ, ਇੰਟੀਰੀਅਰ ਦੇਖ ਲਓ ਜੀ ਵਿਚਲਾ, ਸੀਟਾਂ ਬਿਲਕੁਲ ਓਕੇ ਆ ਜੀ, ਸਾਫ਼ ਸੀਟਾਂ ਆ ਜੀ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹੋ, ਟਾਇਰ ਵੀ ਜੀ ਬਿਲਕੁਲ ਜੈਨੂਅਨ ਹੈ ਜੀ। ਗੱਡੀ ਸਿਰਫ 27,000 ਚੱਲੀ ਹੋਈ ਹੈ ਜੀ, ਬਾਕੀ ਦੇ ਸਕਦੇ ਹੋ ਨਿਗਾਹ ਮਾਰ ਲਓ ਮੇਰੇ ਵੀਰ ਭਰਾ। ਲਓ ਜੀ ਅੱਗੇ ਆਪਣੇ ਕੋਲ ਆ ਗਿਆ ਜੀ PB11 ਪਟਿਆਲਾ ਨੰਬਰ ਕਾਰ ਆ ਗਈ ਹੈ ਜੀ। ਸੋ ਇਹਦੀ ਵੀ ਤੁਸੀਂ ਇੱਕ ਵਾਰੀ ਲੁੱਕ ਚੈੱਕ ਕਰ ਲਓ ਜੀ। ਲਓ ਜੀ ਸੋ ਇਹ ਆ ਗਿਆ ਜੀ ਆਪਣੇ ਕੋਲ ਪੈਟਰੋਲ ਵੇਰੀਐਂਟ ਆ ਗਿਆ ਜੀ i20 ਸਪੋਰਟਸ 17 ਮਾਡਲ, ਅਤੇ ਇਹ 15,000 ਗੱਡੀ ਸਿਰਫ ਚੱਲੀ ਹੋਈ ਹੈ ਜੀ। ਸੋ
ਇਹਦਾ ਵੀ ਰੇਟ 675 ਲੱਗਾ ਹੋਇਆ ਜੀ, 675,000। ਇਹ ਵੀ ਤੁਹਾਨੂੰ ਵਧੀਆ ਰੇਟ 'ਤੇ ਗੱਡੀ ਦੇ ਦੇਵਾਂਗੇ। ਬਾਕੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਵਿੱਚੋਂ ਦਿਖਾ ਦਿੰਦੇ ਹਾਂ, ਚੈੱਕ ਕਰ ਲਓ ਮੇਰੇ ਵੀਰ ਭਰਾ, ਨਿਗਾਹ ਮਾਰ ਲਓ ਇੱਕ ਵਾਰੀ ਜੀ ਗੱਡੀ ਵੱਲ। ਇਹ ਵੀ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ ਜੀ। ਬਾਕੀ ਵਿੱਚੋਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਬਿਲਕੁਲ ਓਕੇ ਕੰਡੀਸ਼ਨ ਹੈ ਜੀ। ਗੱਡੀ ਦੀ ਤੁਹਾਨੂੰ ਗਰੰਟੀ ਨਾਲ ਦੇਵਾਂਗੇ ਆਪਾਂ ਜੀ, ਲਿਖ ਕੇ ਗਰੰਟੀ ਦੇਵਾਂਗੇ। ਦੇਖ ਸਕਦੇ ਮੇਰੇ ਵੀਰ ਭਰਾ, ਨਿਗਾਹ ਮਾਰ ਲਓ ਜੀ, ਇੰਟੀਰੀਅਲ ਦੇਖ ਲਓ ਗੱਡੀ ਦਾ ਇੱਕ ਵਾਰ। ਬਾਕੀ ਬੈਕ ਤੋਂ ਸੀਟਾਂ ਦੇਖ ਲਓ, ਪਿੱਛੋਂ ਵੀ ਸੀਟਾਂ ਐਨ ਸਾਫ਼ ਆ ਜੀ, ਪੂਰੀਆਂ ਨੀਟ ਐਂਡ ਕਲੀਨ ਕਾਰ ਹੈ ਜੀ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਹੈ ਜੀ। ਸੋ ਇਹ ਤੁਹਾਨੂੰ ਵਧੀਆ ਰੇਟ 'ਤੇ ਆਪਾਂ ਦੇ ਦਾਂਗੇ ਜੀ, 675 ਇਹਦਾ ਰੇਟ ਲੱਗਾ ਹੋਇਆ ਆ। ਲੈਸ ਕਰਕੇ ਵਧੀਆ ਰੇਟ 'ਤੇ ਮੇਰੇ ਵੀਰ ਭਰਾਵਾਂ ਨੂੰ ਗੱਡੀ ਦੇ ਦੇਵਾਂਗੇ। ਲਓ ਜੀ, ਅੱਗੇ ਆਪਣੇ ਕੋਲ ਆ ਗਈ ਆ i20 ਆਸਤਾ ਆਪਸ਼ਨਲ, ਇਹ ਚੈੱਕ ਕਰ ਲਓ ਜੀ, ਬਹੁਤ ਯੂਨੀਕ ਜਿਹਾ ਕਲਰ ਹੈ ਜੀ। ਅਤੇ ਬਾਕੀ ਲਾਏ ਚੈੱਕ ਕਰ ਸਕਦੇ ਹੋ, ਟਾਇਰ ਚੈੱਕ ਕਰ ਸਕਦੇ ਹੋ ਗੱਡੀ ਦੇ ਜੀ। ਸੋ ਇਹ ਆ ਗਿਆ ਜੀ PB08, ਜਲੰਧਰ ਨੰਬਰ ਕਾਰ ਆ ਗਈ ਹੈ ਜੀ, 7024। ਸੋ ਇਹ ਆ ਗਿਆ ਜੀ ਆਪਣੇ ਕੋਲ, ਸਲਿੱਪ ਤੁਹਾਨੂੰ ਦਿਖਾ ਦਿੰਦੇ ਹਾਂ ਜੀ, 18 ਮਾਡਲ i20 ਆਸਤਾ ਆਪਸ਼ਨਲ ਪੈਟਰੋਲ ਦੇ ਵਿੱਚ 38,000 ਗੱਡੀ ਚੱਲੀ ਆ, 685 ਇਹਦਾ ਰੇਟ ਹੈ ਜੀ। ਵਧੀਆ ਰੇਟ 'ਤੇ ਦੇ ਦਾਂਗੇ ਤੁਹਾਨੂੰ ਗੱਡੀ। ਬਾਕੀ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਦੀ, ਕਲਰ ਬਹੁਤ ਪਿਆਰਾ ਹੈ ਜੀ ਗੱਡੀ ਦਾ, ਕਰੋਮ ਲੱਗੀ ਹੋਈ ਹੈ ਜੀ। ਬਾਕੀ ਵਿੱਚੋਂ ਦੇਖ ਸਕਦੇ ਹੋ ਜੀ ਗੱਡੀ। ਸੋ ਇਹ ਪੁਸ਼ ਬਟਨ ਸਟਾਰਟ ਆ ਗਈ ਹੈ ਜੀ ਕਾਰ, ਮੈਨੂਅਲ 'ਚ ਕਾਰ ਤੁਹਾਨੂੰ ਮਿਲ ਜੂਗੀ ਜੀ, ਸਕਰੀਨ ਗੱਡੀ ਵਿੱਚ ਲੱਗੀ ਹੋਈ ਹੈ, ਦੇਖ ਸਕਦੇ ਹੋ ਜੀ। ਸੋ ਬਾਕੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ, ਮੈਟ ਮੂਟ ਵਿੱਚ ਲੱਗੇ ਹੋਏ ਆ ਗੱਡੀ ਦੇ, ਸੀਟ ਕਵਰ ਚੜ੍ਹੇ ਹੋਏ ਆ ਜੀ। ਸੋ ਬਾਕੀ ਬੈਕ ਤੋਂ ਦੇਖ ਲਓ ਜੀ, ਬੈਕ ਤੋਂ ਕੰਡੀਸ਼ਨ ਦੇਖ ਲਓ ਗੱਡੀ ਦੀ ਇੱਕ ਵਾਰ, ਨਿਗਾਹ ਮਾਰ ਸਕਦੇ ਹੋ ਜੀ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਮੇਰੇ ਵੀਰ ਭਰਾ, ਬਿਲਕੁਲ ਸਾਫ਼ ਟਾਇਰ ਹੈ ਜੀ, ਜੈਨੂਇਨ ਟਾਇਰ ਹੈ ਜੀ। ਸੋ ਇਹ 38,000 ਗੱਡੀ ਚੱਲੀ ਹੈ ਜੀ, 685 ਇਹਦਾ ਰੇਟ ਆ। ਸੋ ਤੁਹਾਨੂੰ ਆਪਾਂ ਲੈਸ ਕਰਕੇ ਵਧੀਆ ਰੇਟ ਵਿੱਚ ਕਾਰ ਦੇ ਦੇਵਾਂਗੇ। ਸੋ ਅੱਗੇ ਆਪਣੇ ਕੋਲ ਫੇਰ ਆ ਗਈ ਹੈ ਜੀ i20 ਆਸਤਾ ਆਪਸ਼ਨਲ, ਇਹ ਆ ਗਿਆ ਜੀ PB03 ਨੰਬਰ। ਸੋ ਇਹ ਆ ਗਈ ਹੈ ਜੀ ਆਪਣੇ ਕੋਲ 20 ਮਾਡਲ, ਦੇਖ ਸਕਦੇ ਹੋ ਜੀ ਗੱਡੀ ਦੀ ਕੰਡੀਸ਼ਨ ਦੇਖ ਲਓ। ਬਾਕੀ 20 ਮਾਡਲ ਆ ਗਈ ਹੈ ਜੀ ਕਾਰ, ਇਹ ਚੱਲੀ ਹੈ ਜੀ 17,000 ਓਨਲੀ ਗੱਡੀ ਚੱਲੀ, 835 ਇਹਦਾ ਰੇਟ ਆ, ਪੈਟਰੋਲ ਵੇਰੀਐਂਟ ਹੈ। ਇਹ ਵੀ ਤੁਹਾਨੂੰ ਲੈਸ ਕਰਕੇ ਵਧੀਆ ਰੇਟ 'ਚ ਗੱਡੀ ਦੇ ਦੇਵਾਂਗੇ ਜੀ ਆਪਾਂ। ਅਤੇ ਬਾਕੀ ਗੱਡੀ ਵਿੱਚ ਮੈਟ ਲੱਗੇ ਹੋਏ ਆ ਜੀ, ਕੰਡੀਸ਼ਨ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਗੱਡੀ ਦੀ, ਬਿਲਕੁਲ ਸਾਫ਼ ਕਾਰ ਆ ਜੀ। ਇਹ ਵੀ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ ਜੀ। ਬਾਕੀ ਨਿਗਾਹ ਮਾਰ ਲਓ ਜੀ ਗੱਡੀ ਵੱਲ, ਗੱਡੀ ਦੇ ਇੰਟੀਰੀਅਲ ਨਿਗਾਹ ਮਾਰ ਲਓ ਜੀ, ਸੀਟਾਂ ਵਾਲੀ ਨਿਗਾਹ ਮਾਰ ਲਓ, ਬਿਲਕੁਲ ਸਾਫ਼ ਸੀਟਾਂ ਆ ਜੀ ਗੱਡੀ ਦੀਆਂ। ਅਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ, ਕਮੈਂਟ ਕਰਦਿਆ ਕਰੋ ਮੇਰੇ ਵੀਰ ਭਰਾ ਜੀ। ਬਾਕੀ ਟਾਇਰਾਂ ਦੀ ਦੇਖ ਲਓ ਕੰਡੀਸ਼ਨ ਜੀ, ਟਾਇਰ ਵੀ ਬਿਲਕੁਲ ਓਕੇ ਹੈ ਜੀ, ਓਕੇ ਰਿਪੋਰਟ ਟਾਇਰ ਲੱਗੇ ਆ ਗੱਡੀ ਨੂੰ। ਸੋ ਅੱਗੇ ਹੁਣ ਚੱਲਦੇ ਹਾਂ ਜੀ ਵਾਈਟ ਕਲਰ ਦੀ i20 'ਤੇ। ਲਓ ਜੀ PB23 ਨੰਬਰ ਆ ਗਈ ਹੈ ਜੀ, 2620 ਵਾਈਟ ਕਲਰ 'ਚ। ਸੋ ਇਹ ਆ ਗਿਆ ਜੀ ਆਪਣੇ ਕੋਲ 19 ਮਾਡਲ ਗੱਡੀ ਆ ਗਈ ਹੈ ਜੀ ਪੈਟਰੋਲ ਦੇ ਵਿੱਚ, ਦੇਖ ਸਕਦੇ ਹੋ ਜੀ i20। ਬਾਕੀ ਨਿਗਾਹ ਮਾਰ ਲਓ ਜੀ, ਇਹ ਆ ਗਿਆ ਜੀ i20 ਮੈਗਨਾ 19 ਮਾਡਲ ਗੱਡੀ ਹੈ ਜੀ, 680 ਇਹਦਾ ਰੇਟ ਹੈ ਜੀ। ਇਹ ਵੀ ਤੁਹਾਨੂੰ ਲੈਸ ਕਰਕੇ ਵਧੀਆ ਰੇਟ ਵਿੱਚ ਦੇ ਦੇਵਾਂਗੇ ਗੱਡੀ ਜੀ। ਬਾਕੀ ਦੇਖ ਸਕਦੇ ਹੋ ਜੀ ਗੱਡੀ ਕਿੰਨੀ ਚੱਲੀ ਹੋਈ ਹੈ ਜੀ, 22,000 ਗੱਡੀ ਚੱਲੀ ਹੋਈ ਹੈ ਜੀ ਮੇਰੇ ਵੀਰ ਭਰਾ, ਨਿਗਾਹ ਮਾਰ ਲਓ ਇੱਕ ਵਾਰੀ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦਿਖਾ ਦਿੰਦੇ ਹਾਂ ਜੀ। ਲਓ ਜੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਮੇਰੇ ਵੀਰ ਭਰਾ, ਚੈੱਕ ਕਰ ਲਓ, ਸੀਟਾਂ ਸਭ ਕੁਝ ਓਕੇ ਹੈ ਜੀ। ਸੋ ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਗੱਡੀ ਦੇ, ਬੈਕ ਤੋਂ ਵੀ ਸੀਟਾਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ, ਬੈਕ ਤੋਂ ਵੀ ਮੇਰੇ ਵੀਰ ਭਰਾ ਨਿਗਾਹ ਮਾਰ ਲਓ ਜੀ। ਹੁਣ ਚੱਲਦੇ ਹਾਂ ਜੀ ਅਗਲੀ i20 ਵੱਲ। ਲਓ ਜੀ
ਅਗਲੀ ਚੈੱਕ ਕਰ ਲਓ ਜੀ, PB48 ਨੰਬਰ ਆ ਗਿਆ ਜੀ, 0047। ਸੋ ਇਹ ਆ ਗਈ ਹੈ ਜੀ ਆਪਣੇ ਕੋਲ i20 ਆਸਤਾ 18 ਮਾਡਲ ਆ ਗਈ ਹੈ ਜੀ, ਡੀਜ਼ਲ ਕਾਰ, ਡੀਜ਼ਲ ਕਾਰ ਦੀ ਡਿਮਾਂਡ ਸੀ, ਡੀਜ਼ਲ ਕਾਰ ਆ ਗਈ ਹੈ ਜੀ, 18 ਮਾਡਲ ਹੈ ਜੀ ਗੱਡੀ, ਓਨਲੀ 18,000 ਚੱਲੀ ਹੋਈ ਹੈ ਜੀ, 8,15,000 ਦੀ ਇਹਦਾ ਰੇਟ ਲੱਗਾ ਹੋਇਆ, ਲੈਸ ਕਰਕੇ ਡਿਸਕਾਊਂਟ ਵਧੀਆ ਕਰਕੇ ਵਧੀਆ ਰੇਟ 'ਚ ਕਾਰ ਦੇ ਦੇਵਾਂਗੇ ਜੀ ਤੁਹਾਨੂੰ। ਬਾਕੀ ਕੰਡੀਸ਼ਨ ਗੱਡੀ ਦੀ ਦੇ ਸਕਦੇ ਹੋ ਜੀ, ਵਿੱਚੋਂ ਤੁਹਾਨੂੰ ਇੱਕ ਵਾਰੀ ਨਿਗਾਹ ਮਰਵਾ ਦਿੰਦੇ ਹਾਂ ਜੀ। ਲਓ ਜੀ ਵਿੱਚੋਂ ਮੇਰੇ ਵੀਰ ਭਰਾ ਇੱਕ ਵਾਰੀ ਚੈੱਕ ਕਰ ਲਓ ਜੀ, 18,044 ਗੱਡੀ ਚੱਲੀ ਹੋਈ ਆ, ਮੀਟਰ ਦੇਖ ਸਕਦੇ ਹੋ ਜੀ, ਮੀਟਰ ਦੀ ਤੁਹਾਨੂੰ ਲਿਖ ਕੇ ਗਰੰਟੀ ਦੇਵਾਂਗੇ ਜੀ। ਬਾਕੀ ਕੰਡੀਸ਼ਨ ਦੇਖ ਲਓ, ਮੈਨੂਅਲ 'ਚ ਕਾਰ ਤੁਹਾਨੂੰ ਮਿਲ ਜੂਗੀ ਜੀ, ਮੈਨੂਅਲ 'ਚ ਕਾਰ ਆ, ਬਾਕੀ ਸੀਟਾਂ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ। ਲਓ ਜੀ ਬੈਕ ਤੋਂ ਸੀਟਾਂ ਦੇਖ ਸਕਦੇ ਹੋ ਮੇਰੇ ਵੀਰ ਭਰਾ ਜੀ, ਬਿਲਕੁਲ ਓਕੇ ਸੀਟਾਂ ਜੀ, ਓਕੇ ਰਿਪੋਰਟ ਹੈ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਬਿਲਕੁਲ ਓਕੇ ਟਾਇਰ ਹੈ ਜੀ ਗੱਡੀ ਦੇ, 18,000 ਗੱਡੀ ਕੁਛ ਵੀ ਨਹੀਂ ਹੁੰਦੀ ਜੀ, ਚੱਲੀਓ। ਸੋ ਹੁਣ ਚੱਲਦੇ ਹਾਂ ਫਿਰ ਅਗਲੀ i20 'ਤੇ ਜੀ, ਇਹ ਆ ਗਿਆ ਜੀ ਆਪਣੇ ਕੋਲ PB10 ਲੁਧਿਆਣਾ ਨੰਬਰ ਆ ਗਈ ਹੈ ਜੀ, 3540। ਸੋ ਇਹ ਵੀ ਤੁਹਾਨੂੰ ਦੱਸਦੇ ਹਾਂ ਜੀ, ਇਹ ਆ ਗਿਆ ਜੀ 16 ਮਾਡਲ i20 ਸਪੋਰਟਸ। ਬਾਕੀ ਗੱਡੀ ਦੀ ਲੁੱਕ ਚੈੱਕ ਕਰ ਲਓ ਜੀ, ਸੋ ਇਹ ਸਪੋਰਟਸ ਆ ਗਈ ਹੈ ਜੀ, ਡੀਜ਼ਲ ਵਿੱਚ 88,000 ਗੱਡੀ ਚੱਲੀ ਹੈ ਜੀ, ਇਹ ਤੁਹਾਨੂੰ ਦੇ ਦਾਂਗੇ ਜੀ 6,75,000 ਇਹਦਾ ਰੇਟ ਆ, ਲੈਸ ਕਰਕੇ ਵਧੀਆ ਰੇਟ 'ਤੇ ਗੱਡੀ ਦੇ ਦੇਵਾਂਗੇ ਜੀ। ਬਾਕੀ ਵਿੱਚੋਂ ਦੇਖ ਸਕਦੇ ਹੋ ਜੀ, ਮੈਟ ਮੂਟ ਸੀਟ ਕਵਰ ਮੈਨੂਅਲ 'ਚ ਕਾਰ ਆ ਗਈ ਹੈ ਜੀ, ਡੀਜ਼ਲ ਵੇਰੀਐਂਟ ਹੈ। ਬਾਕੀ ਵਿੱਚੋਂ ਨਿਗਾਹ ਮਾਰ ਲਓ ਜੀ ਗੱਡੀ ਦੀ, ਚੈੱਕ ਕਰ ਲਓ ਮੇਰੇ ਵੀਰ ਭਰਾ ਜਿਹੜੇ ਇਸ ਟਾਈਮ ਆਪਾਂ ਨੂੰ ਵਾਚ ਕਰ ਰਹੇ ਆ, ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਬਸ ਜੀ ਇੰਨਾ ਕੁ ਪਿਆਰ ਦੇ ਦਿਓ ਆਪਣੇ ਵੱਲੋਂ ਤੁਸੀਂ। ਬਾਕੀ ਤੁਹਾਨੂੰ ਨਵੀਆਂ ਨਵੀਆਂ ਕਾਰਾਂ ਅਸੀਂ ਦਿਖਾਉਂਦੇ ਰਹਾਂਗੇ ਜੀ, ਜਿਹੜੀਆਂ ਵੀ ਆਪਣੇ ਕੋਲ ਆਉਣਗੀਆਂ। ਬਾਕੀ ਕੰਡੀਸ਼ਨ ਇਹਦੀ ਵੀ ਓਕੇ ਹੈ ਜੀ ਗੱਡੀ ਦੀ, ਇਹ ਵੀ ਤੁਹਾਨੂੰ ਵਧੀਆ ਰੇਟ 'ਤੇ ਆਪਾਂ ਦੇ ਦਾਂਗੇ। ਬਾਕੀ ਇਹ ਡੀਜ਼ਲ ਵੇਰੀਐਂਟ ਹੈ ਜੀ, ਡੀਜ਼ਲ ਵਿੱਚ ਕਾਰ ਆ। ਲਓ ਜੀ ਅੱਗੇ ਚੱਲਦੇ ਹਾਂ ਜੀ, PB10 ਲੁਧਿਆਣੇ ਦਾ ਨੰਬਰ ਆ ਗਿਆ ਜੀ ਫਿਰ। ਸੋ ਇਹ ਆ ਗਈ ਹੈ ਜੀ i20 ਸਪੋਰਟਸ 20 ਮਾਡਲ ਹੈ ਜੀ, ਗੱਡੀ ਦੇਖ ਲਓ ਜੀ, ਨਿਗਾਹ ਮਾਰ ਲਓ, ਇਹ ਓਨਲੀ 39,000 ਗੱਡੀ ਚੱਲੀ ਹੈ ਜੀ, ਸਿਰਫ 39,000 ਗੱਡੀ ਚੱਲੀ ਹੈ। ਇਹ ਆ ਗਿਆ ਜੀ ਪੈਟਰੋਲ ਵੇਰੀਐਂਟ, 7,35,000 ਇਹਦਾ ਰੇਟ ਹੈ ਜੀ ਗੱਡੀ ਦਾ। ਸੋ ਤੁਹਾਨੂੰ ਡਿਸਕਾਊਂਟ ਕਰਕੇ ਅਸੀਂ ਵਧੀਆ ਰੇਟ ਵਿੱਚ ਕਾਰ ਦੇ ਦੇਵਾਂਗੇ ਜੀ। ਬਾਕੀ ਕੰਡੀਸ਼ਨ ਗੱਡੀ ਦੀ ਦੇਖ ਲਓ ਜੀ, ਮੈਟ ਮੂਟ ਸਭ ਕੁਝ ਵਿਛਿਆ ਹੋਇਆ ਜੀ ਥੱਲੇ, ਇਹ ਮੈਨੂਅਲ 'ਚ ਤੁਹਾਨੂੰ ਕਾਰ ਮਿਲ ਜੂਗੀ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਇੱਕ ਵਾਰੀ, ਬਿਲਕੁਲ ਸਾਫ਼ ਪੀਸ ਹੈ ਜੀ, ਸਾਫ਼ ਕਾਰ ਆ, ਨਿਗਾਹ ਮਾਰ ਲਓ ਮੇਰੇ ਵੀਰ ਭਰਾ। ਬਾਕੀ ਮੀਟਰ ਦੇਖ ਸਕਦੇ ਹੋ ਜੀ, 39,679 ਗੱਡੀ ਚੱਲੀ ਹੋਈ ਹੈ ਜੀ। ਬਾਕੀ ਬੈਕ ਤੋਂ ਸੀਟਾਂ ਦੀ ਕੰਡੀਸ਼ਨ ਦੇਖ ਲਓ ਜੀ, ਬਿਲਕੁਲ ਸਾਫ਼ ਸੀਟਾਂ ਹੈ ਜੀ, ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ, ਟਾਇਰ ਵੀ ਬਿਲਕੁਲ ਓਕੇ ਰਿਪੋਰਟ ਹੈ ਜੀ। ਲਓ ਜੀ ਅੱਗੇ ਚੱਲਦੇ ਹਾਂ ਜੀ, i20 ਵੱਲ, ਅੱਗੇ ਆ ਗਿਆ ਜੀ PB65 ਮੋਹਾਲੀ ਦਾ ਨੰਬਰ। ਸੋ ਇਹ ਡੀਜ਼ਲ ਵਿੱਚ ਤੁਹਾਨੂੰ ਕਾਰ ਮਿਲ ਜੂਗੀ ਜੀ, ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਜੀ। ਸੋ ਇਹ ਆ ਗਿਆ ਜੀ i20 ਮੈਗਨਾ 17 ਮਾਡਲ ਦੀ, ਸਿਰਫ 25,000 ਗੱਡੀ ਚੱਲੀ ਹੋਈ ਹੈ ਜੀ, 7,15,000 ਇਹਦਾ ਰੇਟ ਹੈ ਜੀ। ਸੋ ਇਹ ਵੀ ਤੁਹਾਨੂੰ ਡਿਸਕਾਊਂਟ ਕਰਕੇ ਵਧੀਆ ਰੇਟ ਵਿੱਚ ਗੱਡੀ ਦੇ ਦੇਵਾਂਗੇ ਜੀ, ਡੀਜ਼ਲ ਵੇਰੀਐਂਟ ਹੈ। ਸੋ ਬਾਕੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਵਿੱਚੋਂ ਦਿਖਾ ਦਿੰਦੇ ਹਾਂ ਜੀ। ਲਓ ਜੀ ਵਿੱਚੋਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਗੱਡੀ ਦੀ ਕੰਡੀਸ਼ਨ, ਬਿਲਕੁਲ ਸਾਫ਼ ਕਾਰ ਹੈ ਜੀ, ਮੈਟ ਲੱਗੇ ਹੋਏ ਆ ਜੀ, ਸੀਟ ਕਵਰ ਚੜੇ ਹੋਏ ਆ, ਇਹ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ ਜੀ। ਬਾਕੀ ਕੰਡੀਸ਼ਨ ਤੁਸੀਂ ਗੱਡੀ ਦੀ ਦੇਖ ਰਹੇ ਹੋ ਜੀ, ਬਿਲਕੁਲ ਸਾਫ਼ ਕਾਰ ਹੈ ਜੀ, ਅਤੇ ਬਾਕੀ ਬੈਕ ਸੀਟਾਂ ਦੇਖ ਸਕਦੇ ਹੋ ਜੀ, ਨਿਗਾਹ ਮਾਰ ਲਓ ਮੇਰੇ ਵੀਰ ਭਰਾ ਜੀ ਇੱਕ ਵਾਰ ਕਾਰਾਂ ਵਾਲਾ। ਬਾਕੀ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਜੀ, ਟਾਇਰ ਵੀ ਬਿਲਕੁਲ ਓਕੇ ਰਿਪੋਰਟ ਹੈ ਜੀ, 25,000 ਗੱਡੀ ਕੁਛ ਨਹੀਂ ਹੁੰਦੀ ਚੱਲੀ।
ਸੋ ਅੱਗੇ ਆਪਣੇ ਕੋਲ ਆ ਗਿਆ ਜੀ i20 ਮੈਗਨਾ 20 ਮਾਡਲ, ਸੋ PB74 ਨੰਬਰ ਲੱਗਾ ਹੋਇਆ ਜੀ ਗੱਡੀ ਨੂੰ, 8508। ਸੋ ਇਹ ਗੱਡੀ ਚੱਲੀ ਹੈ ਜੀ 27,000, ਪੈਟਰੋਲ ਵੇਰੀਐਂਟ ਹੈ ਜੀ, 7,10,000 ਇਹਦਾ ਰੇਟ ਲੱਗਾ ਜੀ। ਸੋ ਇਹ ਵੀ ਤੁਹਾਨੂੰ ਵਧੀਆ ਰੇਟ ਵਿੱਚ ਡਿਸਕਾਊਂਟ ਕਰਕੇ ਗੱਡੀ ਦੇ ਦੇਵਾਂਗੇ ਜੀ। 20 ਮਾਡਲ i20 ਮੈਗਨਾ ਪੈਟਰੋਲ ਵੇਰੀਐਂਟ ਹੈ ਜੀ ਇਹ। ਬਾਕੀ ਕੰਡੀਸ਼ਨ ਗੱਡੀ ਦੀ ਤੁਹਾਨੂੰ ਵਿੱਚੋਂ ਦਿਖਾ ਦਿੰਦੇ, ਇੱਕ ਵਾਰੀ ਚੈੱਕ ਕਰ ਲਓ ਮੇਰੇ ਵੀਰ ਭਰਾ ਨਿਗਾਹ ਮਾਰ ਲਓ ਜਿਹੜੇ ਸਾਨੂੰ ਦੇਖ ਰਹੇ ਇਸ ਟਾਈਮ। ਇਹ ਵੀ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ ਜੀ, ਬਿਲਕੁਲ ਸਾਫ਼ ਪੀਸ ਹੈ ਜੀ, ਆਂਡਾ ਪੀਸ ਕਾਰ ਆ, ਦੇਖ ਸਕਦੇ ਹੋ ਮੇਰੇ ਵੀਰ ਭਰਾ ਕੰਡੀਸ਼ਨ ਗੱਡੀ ਦੀ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਨਵੀਂ ਸ਼ੇਪ ਵਾਲੀਆਂ i20 'ਤੇ, ਜਿਹੜੀ ਨਵੀਂ ਸ਼ੇਪ ਹੈ ਜੀ ਉਹਨਾਂ 'ਤੇ ਲੈ ਕੇ ਚੱਲਦੇ ਹਾਂ। ਅਤੇ ਵੈਸੇ ਆਪਣੇ ਕੋਲ ਸਾਰਾ ਸਟੋਕ i20 ਦਾ ਖੜ੍ਹਾ ਜੀ, ਘੱਟੋ ਘੱਟ 17-18 i20 ਆਪਣੇ ਕੋਲ ਖੜ੍ਹੀਆਂ ਹੋਈਆਂ ਜੀ, ਨਿਗਾਹ ਮਾਰ ਲਓ ਮੇਰੇ ਵੀਰ ਭਰਾ ਜੀ। ਹੁਣ ਤੁਹਾਨੂੰ ਅਗਲੀਆਂ ਕਾਰਾਂ 'ਤੇ ਲੈ ਕੇ ਚੱਲਦੇ ਜੀ i20 ਸਪੋਰਟਸ 'ਤੇ ਨਿਊ ਸ਼ੇਪ 'ਤੇ ਜੀ। ਲਓ ਜੀ ਆ ਗਈ ਹੈ ਜੀ i20 ਦੀ ਨਿਊ ਸ਼ੇਪ। ਸੋ ਇਹ ਤੁਹਾਨੂੰ ਦੱਸਦੇ ਹਾਂ ਜੀ ਕੀ ਰੇਟ ਆ, ਕਿੰਨੀ ਚੱਲੀ ਹੈ ਜੀ। ਲਓ ਜੀ ਇਹ ਆ ਗਿਆ 22 ਮਾਡਲ ਆਪਣੇ ਕੋਲ, ਬਾਕੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਇੱਕ ਵਾਰ, PB56 ਨੰਬਰ ਲੱਗਾ ਜੀ 22 ਮਾਡਲ। ਸੋ ਇਹ ਆ ਗਿਆ ਜੀ ਡੀਜ਼ਲ ਵੇਰੀਐਂਟ, ਡੀਜ਼ਲ 'ਚ ਕਾਰ ਆ ਗਈ ਹੈ ਜੀ, 25,000 ਗੱਡੀ ਚੱਲੀ ਆ ਓਨਲੀ, 9,10,000 ਇਹਦਾ ਰੇਟ ਹੈ ਜੀ। ਤੁਹਾਨੂੰ ਵਧੀਆ ਡਿਸਕਾਊਂਟ ਕਰਕੇ ਵਧੀਆ ਰੇਟ 'ਚ ਕਾਰ ਦੇ ਦੇਵਾਂਗੇ। ਬਾਕੀ ਮੈਟ ਲੱਗੇ ਆ, ਮੈਨੂਅਲ ਦੇ ਵਿੱਚ ਕਾਰ ਆ ਜਾਂਦੀ ਹੈ ਜੀ, ਇਹ ਦੇਖ ਸਕਦੇ ਹੋ। ਬਾਕੀ ਮੀਟਰ ਚੈੱਕ ਕਰ ਸਕਦੇ ਹੋ ਜੀ ਕਿੰਨੀ ਗੱਡੀ ਚੱਲੀ ਹੋਈ ਹੈ, ਮੀਟਰ ਦੀ ਗਰੰਟੀ ਤੁਹਾਨੂੰ ਮਿਲ ਜੂਗੀ ਨਾਲ। ਬਾਕੀ ਗੱਡੀ ਦੀ ਕੰਡੀਸ਼ਨ ਤਾਂ ਤੁਸੀਂ ਦੇਖ ਸਕਦੇ ਹੋ ਜੀ, ਸੀਟਾਂ ਬਿਲਕੁਲ ਓਕੇ ਹੈ ਜੀ, ਮਤਲਬ ਮੋਮ ਜਾਮੇ ਵਗੈਰਾ ਵੀ ਨਹੀਂ ਲਿੱਥੇ, ਉਹ ਵੀ ਹਲੇ ਚੜ੍ਹੇ ਹੋਏ ਆ ਜੀ ਗੱਡੀ 'ਤੇ। ਬਾਕੀ ਬੈਕ ਤੋਂ ਦੇਖ ਲਓ ਜੀ ਗੱਡੀ ਦੀ ਲੁੱਕ, i20 ਸਪੋਰਟਸ। ਸੋ ਅੱਗੇ ਚੱਲਦੇ ਹਾਂ ਜੀ, ਲਓ ਜੀ ਅੱਗੇ ਆਪਣੇ ਕੋਲ ਆ ਗਈ ਆ i20 ਆਸਤਾ, ਯੂਨੀਕ ਜਿਹਾ ਕਲਰ ਆ ਗਿਆ ਜੀ ਆਪਣੇ ਕੋਲ। ਸੋ ਇਹ ਆ ਗਈ ਹੈ ਜੀ ਆਟੋਮੈਟਿਕ 'ਚ, ਆਟੋਮੈਟਿਕ ਮੇਰੇ ਵੀਰ ਭਰਾ ਚਾਹਵਾਨ ਹੈ ਜੀ, ਪੈਟਰੋਲ ਵੇਰੀਐਂਟ ਆ ਗਿਆ i20 ਆਸਤਾ, 21 ਮਾਡਲ ਜੀ, PB10 ਲੁਧਿਆਣੇ ਦਾ ਨੰਬਰ ਲੱਗਾ ਹੋਇਆ ਜੀ ਕਾਰ ਨੂੰ। ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਗੱਡੀ ਦੀ, ਦੇ ਸਕਦੇ ਹੋ। ਸੋ ਇਹ ਸਿਰਫ 25,000 ਗੱਡੀ ਚੱਲੀ ਹੋਈ ਹੈ ਜੀ, 8,10,000 ਇਹਦਾ ਰੇਟ ਆ, ਲੈਸ ਕਰਕੇ ਵਧੀਆ ਰੇਟ ਵਿੱਚ ਕਾਰ ਤੁਹਾਨੂੰ ਦੇ ਦੇਵਾਂਗੇ। ਸੋ ਬਾਕੀ ਇਹ ਪੁਸ਼ ਬਟਨ ਸਟਾਰਟ ਆ ਗਈ ਹੈ ਜੀ, ਵਿੱਚੋਂ ਦੇ ਸਕਦੇ ਹੋ ਜੀ, ਆਟੋਮੈਟਿਕ 'ਚ ਕਾਰ ਆ ਗਈ ਹੈ ਜੀ ਮੇਰੇ ਵੀਰ ਭਰਾ, ਆਟੋਮੈਟਿਕ ਦੇ ਚਾਹਵਾਨ ਹੈ ਜੀ। ਗੱਡੀ ਵਿੱਚ ਮੈਟ ਮੂਟ ਲੱਗੇ ਬਿਲਕੁਲ ਸਾਫ਼ ਕਾਰ ਆ ਜੀ, ਕਰੋਮ ਲੱਗੀ ਹੋਈ ਹੈ ਜੀ। ਬਾਕੀ ਵਿੱਚੋਂ ਦੇਖ ਲਓ ਜੀ ਗੱਡੀ ਦੀ ਕੰਡੀਸ਼ਨ, ਨਿਗਾਹ ਮਾਰ ਲਓ ਮੇਰੇ ਵੀਰ ਭਰਾ ਜਿਹੜੇ ਆਪਾਂ ਨੂੰ ਦੇਖਦੇ ਆ ਜੀ। ਹੁਣ ਅੱਗੇ ਚੱਲਦੇ ਹਾਂ ਜੀ ਅਲਾਏ ਵੀਲਾਂ ਵਾਲੀ ਕਾਰ 'ਤੇ, ਲਓ ਜੀ ਅੱਗੇ ਆ ਗਈ ਆ i20 ਸਪੋਰਟਸ ਵਿਦ ਅਲਾਏ ਵੀ ਲੱਗੇ ਹੋਏ ਆ, PB08 ਜਲੰਧਰ ਨੰਬਰ ਆ ਜੀ ਗੱਡੀ ਦਾ। ਨਿਗਾਹ ਮਾਰ ਲਓ ਜੀ ਅਲਾਏ ਵੀਲਾਂ ਦੀ ਕੰਡੀਸ਼ਨ, ਬਹੁਤ ਵਧੀਆ ਘੈਂਟ ਅਲਾਏ ਟਾਇਰ ਲੱਗੇ ਹੋਏ ਆ, ਬਾਕੀ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਜੀ। ਸੋ ਇਹ ਵੀ ਤੁਹਾਨੂੰ ਜੀ ਮੈਨੂਅਲ 'ਚ ਕਾਰ ਮਿਲ ਜੂਗੀ i20। ਸੋ ਇਹ ਤੁਹਾਨੂੰ ਆਪਾਂ ਦੇ ਦੇਵਾਂਗੇ ਜੀ 7,50 ਇਹਦਾ ਰੇਟ ਲੱਗਾ, ਲੈਸ ਕਰਕੇ ਵਧੀਆ ਰੇਟ 'ਚ ਦੇ ਦਾਂਗੇ। i20 ਸਪੋਰਟਸ 21 ਮਾਡਲ ਹੈ ਜੀ, 35,000 ਸਿਰਫ ਗੱਡੀ ਚੱਲੀ ਆ, ਡੀਜ਼ਲ ਵੇਰੀਐਂਟ ਹੈ ਜੀ। ਅਤੇ ਬਾਕੀ ਹੁਣ ਚੱਲਦੇ ਹਾਂ ਅਗਲੀ i20 'ਤੇ ਜੀ। ਲਓ ਜੀ ਅੱਗੇ ਆਪਣੇ ਕੋਲ ਆ ਗਈ ਹੈ ਜੀ ਸਨਰੂਫ, ਮੇਰੇ ਵੀਰ ਭਰਾਵਾਂ ਦੀ ਡਿਮਾਂਡ ਆਉਂਦੀ ਸੀ ਸਨਰੂਫ i20 ਦਿਖਾਓ ਜੀ, ਸਨਰੂਫ 'ਚ ਆ ਗਈ ਹੈ ਜੀ। ਸੋ ਇਹ ਆ ਗਿਆ ਜੀ 23 ਮਾਡਲ i20 ਆਸਤਾ, ਆਪਸ਼ਨਲ ਆ ਗਈ ਹੈ ਜੀ 23 ਮਾਡਲ। ਬਾਕੀ ਗੱਡੀ ਦੀ ਕੰਡੀਸ਼ਨ, ਗੱਡੀ ਦੀ ਲੁੱਕ ਤੁਸੀਂ ਦੇਖ ਰਹੇ ਹੋ ਜੀ, PB21 ਨੰਬਰ ਲੱਗਾ ਹੋਇਆ ਜੀ ਕਾਰ ਨੂੰ। ਸੋ ਇਹ ਆ ਗਿਆ ਜੀ, ਸੋ ਇਹ 3,000 ਗੱਡੀ ਚੱਲੀ ਹੈ ਜੀ, 23 ਮਾਡਲ ਹੈ, 10,90,000 ਇਹਦਾ ਰੇਟ ਹੈ ਜੀ, ਪੈਟਰੋਲ ਵੇਰੀਐਂਟ ਹੈ। ਇਹ ਤੁਹਾਨੂੰ ਵਧੀਆ ਰੇਟ 'ਚ ਗੱਡੀ ਦੇ ਦਾਂਗੇ ਜੀ, ਇਹ ਆਟੋਮੈਟਿਕ 'ਚ ਕਾਰ ਆ ਗਈ ਹੈ ਮੇਰੇ ਵੀਰ ਭਰਾ, ਆਟੋਮੈਟਿਕ ਦੇ ਜਿਹੜੇ ਚਾਹਵਾਨ ਆ ਜੀ। ਸੋ ਇਹ ਆਟੋਮੈਟਿਕ ਕਾਰ ਆ ਗਈ ਹੈ, ਬਾਕੀ ਕੰਡੀਸ਼ਨ ਗੱਡੀ ਦੀ ਦੇਖ ਲਓ ਜੀ, ਪੁਸ਼ ਬਟਨ ਸਟਾਰਟ ਹੈ ਜੀ ਇਹ,
ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਜੀ। ਆਹ ਸਾਰੀ ਸਕਰੀਨ ਲੱਗੀ ਹੋਈ ਹੈ ਜੀ ਗੱਡੀ 'ਚ, ਸਨਰੂਫ ਆ ਜਾਂਦਾ ਜੀ, ਜਿਹੜੀ ਮੇਨ ਗੱਲ ਹੈ ਜੀ ਇਹਦੇ ਵਿੱਚ। ਬਾਕੀ ਬਿਲਕੁਲ ਵਿੱਚੋਂ ਨੀਟ ਐਂਡ ਕਲੀਨ ਕਾਰ ਹੈ ਜੀ। ਨੁੱਕ ਚੈੱਕ ਕਰ ਲਓ ਇੱਕ ਵਾਰੀ, ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਹੈ ਜੀ। ਬਾਕੀ ਬੈਕ ਲੁੱਕ ਚੈੱਕ ਕਰ ਲਓ ਜੀ, PP21-77-17 ਨੰਬਰ ਕਾਰ ਨੂੰ ਲੱਗਾ ਹੋਇਆ ਜੀ। ਸੋ ਇਸ ਟਾਈਮ ਆਪਣੇ ਕੋਲ I20 ਅਵੇਲੇਬਲ ਹੈ ਜੀ। ਸੋ ਤੁਸੀਂ ਭੰਡਾਰੀ ਕਾਰ ਬਾਜ਼ਾਰ ਪਹੁੰਚੋ ਭੋਗਪੁਰ ਜੀ, ਤੁਹਾਨੂੰ ਵਧੀਆ ਰੇਟ 'ਚ ਗੱਡੀ ਦੇ ਕੇ ਤੋਰਾਂਗੇ ਜੀ। ਅਤੇ ਲੋਨ ਜੇ ਕਿਸੇ ਮੇਰੇ ਵੀਰ ਭਰਾ ਨੇ ਕਰਾਉਣਾ ਉਹ ਵੀ ਪ੍ਰੋਸੈਸ ਹੋ ਜੂਗਾ ਜੀ। ਸੋ ਲੋਨ ਲਈ ਜੋ ਤੁਹਾਨੂੰ ਡਾਕੂਮੈਂਟ ਚਾਹੀਦੇ ਆ ਜੀ, ਆਧਾਰ ਕਾਰਡ, ਪੈਨ ਕਾਰਡ, 6 ਮਹੀਨੇ ਦੀ ਬੈਂਕ ਸਟੇਟਮੈਂਟ, ਬਿਜਲੀ ਦਾ ਬਿੱਲ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ, ਜਾਂ ਤੁਸੀਂ ITR ਰਿਟਰਨਾਂ ਵਗੈਰਾ ਭਰਦੇ ਹੋ ਉਹ ਵੀ ਚੱਲਣਗੀਆਂ ਜੀ। ਸੋ ਇੰਨੀ ਅੱਜ ਦੀ ਵੀਡੀਓ ਸੀ ਜੀ। ਜਾਂਦੇ ਹੋਏ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਇੱਦਾਂ ਹੀ ਨਵੀਆਂ ਨਵੀਆਂ ਕਾਰਾਂ ਨਾਲ ਤੁਹਾਨੂੰ ਮਿਲਦੇ ਰਹਾਂਗੇ ਜੀ। ਤਦ ਤੱਕ ਲਈ ਚੰਗਾ ਜੀ, ਸਤਿ ਸ਼੍ਰੀ ਅਕਾਲ।